ਅਤੇ ਜਿਹੜਾ ਅੱਜ ਦਾ ਇਹ ਸਮਾਂ ਗੁਰੂ ਦੇ ਨਾਲ ਮਿਲਾਪ ਹੋਣਾ, ਬਾਹਰੋਂ ਦਰਸ਼ਨ ਕਰਨੇ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਨਮਸਕਾਰ ਕਰਨੀ ਸ਼ੁਰੂਆਤ ਇੱਥੋਂ ਹੀ ਹੁੰਦੀ ਹੈ, ਪਰ ਸਹਿਜ ਸਹਿਜ ਭਾਵਨਾ ਸ਼ਰਧਾ ਦੇ ਨਾਲ ਉਹ ਅੰਦਰ ਸ਼ਰਧਾ ਬਣਦੀ ਹੈ ਅਤੇ ਬੰਦਾ ਧੁਰ ਅੰਦਰ ਤੋਂ ਗੁਰੂ ਨਾਲ ਜੁੜਦਾ ਹੈ। ਮੈਨੂੰ ਬਚਨ ਯਾਦ ਨੇ ਸਵਾਮੀ ਦਰਬਾਰਾ ਸਿੰਘ ਮਹਾਰਾਜ ਜੀਆਂ ਦੇ, ਉਹ ਕਹਿੰਦੇ ਭਾਈ ਸਭ ਤੋਂ ਵੱਡਾ ਜਿਹੜਾ ਪਾਪ ਹੈ ਦੁਨੀਆਂ 'ਚ ਉਹ ਹੈ ਗੁਰੂ ਨਾਲੋਂ ਵਿਛੋੜਨਾ, ਦੂਸਰਾ ਪਾਪ ਹੈ ਮਨਸ਼ਾ ਦਾ, ਤੀਸਰਾ ਪਾਪ ਗਊ ਹੱਤਿਆ ਦਾ ਅਤੇ ਚੌਥਾ ਪਾਪ ਮਿੱਤਰ ਧਰੋਈ ਦਾ, ਕਿਸੇ ਦੇ ਵਿਸ਼ਵਾਸ ਦਾ ਘਾਤ ਕਰ ਦੇਣਾ। ਹੁਣ ਪਹਿਲਾ ਜਿਹੜਾ ਪਾਪ ਹੈ ਗੁਰੂ ਨਾਲੋਂ ਵਿਛੋੜਨਾ, ਸਵਾਮੀ ਜੀ ਕਹਿੰਦੇ ਚਾਰੇ ਬੱਜਰ ਪਾਪ ਨੇ ਲੈਂਦੇ ਨਹੀਂ, ਭਾਵੇਂ ਕਿੰਨਾ ਬੰਦਾ ਜਪ ਕਰੇ ਤਪ ਕਰੇ, ਪਰ ਜੇ ਬੰਦਾ ਗੁਰੂ ਦੀ ਸ਼ਰਨ ਵਿੱਚ ਆ ਜਾਏ, ਪਾਪੀ ਤੋਂ ਪਾਪੀ ਬੰਦਾ ਵੀ ਗੁਰੂ ਦੀ ਸ਼ਰਨ ਵਿੱਚ ਆ ਕੇ ਅਰਜ ਗੁਜ਼ਾਰੇ, ਗੁਰੂ ਖੁਸ਼ ਹੋ ਜਾਏ ਤੁੱਠੇ, ਤਾਂ ਕਹਿੰਦੇ ਨੇ ਸਾਰੇ ਪਾਪ ਇੱਕ ਛਿਨ ਵਿੱਚ ਖਤਮ। ਆਪਾਂ ਜੇ ਸੋਚਾਂਗੇ ਵੀ ਗੁਰੂ ਨਾਲ ਵਿਛੋੜਨਾ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਪਾਪ ਹੈ, ਅਤੇ ਜਿਹੜਾ ਗੁਰੂ ਨਾਲ ਮਨਾਉਂਦਾ ਹੈ ਤਾਂ ਉਹਨੂੰ ਕਿੰਨਾ ਵੱਡਾ ਫਲ ਮਿਲੂ। ਇਹ ਤਾਂ ਸਤਿਗੁਰ ਕਿਰਪਾ ਕਰਦੇ ਨੇ। ਆਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਅੱਜ ਦੇ ਪਵਿੱਤਰ ਦਿਹਾੜੇ 'ਤੇ ਸ਼ਬਦ ਗੁਰੂ ਪਾਤਸ਼ਾਹ ਨੂੰ ਕਰੀਏ ਨਮਸਕਾਰ। ਸਾਰੀ ਗੁਰਸੰਗਤ ਪ੍ਰੇਮ ਪਿਆਰ ਔਰ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਪਹਿਲਾਂ ਇੱਕ ਇੱਕ ਸ਼ਬਦ ਮੇਰੇ ਸਾਥੀ ਭਾਈ ਪ੍ਰਗਟ ਸਿੰਘ ਅਤੇ ਭਾਈ ਜਗਦੀਪ ਸਿੰਘ ਤੋਂ ਸੁਣੋ, ਫਿਰ ਆਪਾਂ ਅੱਗੇ ਦੀ ਜੋ ਵਿਚਾਰ ਹੈ ਉਹ ਪੇਸ਼ ਕਰਾਂਗੇ। ਆਪਾਂ ਗੁਰੂ ਦੇ ਜਸ ਨਾਲ ਜੁੜ ਕੇ ਗੁਰੂ ਨਾਨਕ ਦੇ ਦਰਬਾਰ ਵਿੱਚ ਖੁਸ਼ੀਆਂ ਪ੍ਰਾਪਤ ਕਰੀਏ। ਆਓ ਪਹਿਲਾਂ ਸ਼ਬਦ ਸੁਣੋ। ਖਿਆਲ ਕਰਕੇ ਜਦੋਂ ਵੇਖਿਆ ਮੈਂ, ਖਿਆਲ ਕਰਕੇ ਜਦੋਂ ਵੇਖਿਆ ਮੈਂ, ਗੁਰੂ ਜਿਹਾਨਾ ਡਿੱਠਾ ਜਹਾਨ ਅੰਦਰ, ਖਾਕੀ ਜੀ ਵਸੀ ਖਾਕ ਵਿੱਚ ਰੁੱਲ ਜਾਂਦੇ, ਜੇਕਰ ਆਉਂਦੇ ਨਾ ਆਪ ਦੇ ਧਿਆਨ ਅੰਦਰ, ਸਿਫਤਾਂ ਕਰਾਂ ਕੀ ਗੁਰੂ ਦਿਲਦਾਰ ਦੀਆਂ, ਸਿਫਤਾਂ ਕਰਾਂ ਕੀ ਗੁਰੂ ਦਿਲਦਾਰ ਦੀਆਂ, ਜਿਨ੍ਹਾਂ ਕਰਿਆ ਬਰਮ ਗਿਆਨ ਅੰਦਰ, ਤਨ ਤਨ ਹੈ ਗੁਰੂ ਦਰਬਾਰ ਸਿੰਘਾ, ਜਿਨ੍ਹਾਂ ਮੇਲਤਾ ਮੇਰਾ ਭਗਵਾਨ ਅੰਦਰ, ਜਿਨ੍ਹਾਂ ਮੇਲਤਾ ਮੇਰਾ ਭਗਵਾਨ ਅੰਦਰ, ਸਭ ਇਲਮ ਕਤੇਬਾਂ ਠੱਪ ਕਰਕੇ ਇੱਕ ਅਲਫ ਬਕਾਲ ਚੁੱਪ ਕਰਕੇ, ਜੇ ਦੁਨੀਆ ਜਿੱਤਣੀ ਚਾਹੁੰਦੇ ਤੋਂ ਇੱਕ ਮਨ ਸਮਝਾ ਲੈ ਚੁੱਪ ਕਰਕੇ, ਉਹ ਪੂਜਾ ਪਵੇ ਨਾ ਕਿਸੇ ਦੀ ਹੋਰ ਕਰਨੀ, ਇੱਕ ਪੀਰ ਮਨਾ ਲੈ ਚੁੱਪ ਕਰਕੇ, ਹਿਰਦੇ ਸਤਿਗੁਰ ਦੀ ਦਰਬਾਰ ਸਿੰਘਾ ਤਸਵੀਰ ਵਸਾ ਲੈ ਚੁੱਪ ਕਰਕੇ, ਤਸਵੀਰ ਵਸਾ ਲੈ ਚੁੱਪ ਕਰਕੇ, ਹਿਰਦੇ ਸਤਿਗੁਰ ਦੀ ਦਰਬਾਰ ਸਿੰਘਾ ਤਸਵੀਰ ਵਸਾ ਲੈ ਚੁੱਪ ਕਰਕੇ। ਚੁੱਪ ਦਾ ਭਾਵ ਹੈ ਆ ਬਾਹਰਲੇ ਜਿਹੜੇ ਰੌਲੇ ਨੇ ਇਹਨਾਂ ਤੋਂ ਪਾਸੇ ਹੋ ਕੇ ਇੱਕ ਗੁਰੂ ਦੇ ਨਾਲ ਲਿਵਲਾ, ਗੁਰੂ ਦੇ ਬਚਨ ਨੂੰ ਮੰਨਣਾ। ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨਿਆ, ਖੈਰ ਹੈ ਤਾਂ ਬਹੁਤ ਔਖਾ,
गल कहनी सौखी है भी वचन मनना, पर जिन्ना ने गुरमुखों मनिया ना, आ तुसी पहली कविता साथियों तो सुनोगे, क्योंकि अज गुरु पुन्या का दिहाड़ा है। तो गुरु पुन्या के दिहाड़े ते आपां सरवण करिए भी गुरु का उपदेश की है, श्री गुरु ग्रंथ साहिब पातशाह की बाणी की उपदेश दे रही है। छे गुरु साहबान, चार सिख, ग्यारह भट, पंद्रह भगत, जो गुरु साहब के विच इन्हां गुरमुखां की गुरु अवतारां की बाणी है, संतां महापुरखां की, वह की उपदेश देंदे ने भी जे सेवक बनना होवे गुरु दे दर दा, वो किवें बनिया जांदा। सेवक बने मैं इको बेनती करदा इत्थों, इको फिर तुसीं कविता सुनोगे। सेवक बने कलगियां वाले पातशाह दे चरणां विच, जिन्हां दा नाम सिख कौम दे विच बड़ी चढ़ती कला दे नाल लिया जांदा, शहीद बाबा दीप सिंह जी। आनंदपुर साहब की धरती ते गए माता पिता ना अमृत छकिया, सिख्या लई ते सतगुरां ने, मैं गल करदा बचन दी, बचन गुरबाणी की उपदेश दिंदी है। दसवें पातशाह ने आनंदपुर साहब की धरती तो बाबा दीप सिंह जी नूं कहिंदे, तुसी घोड़ सवारी शस्त्र विद्या सब निपुण हो गए, हुण तुसी अपने माता पिता कोल घर चले जाओ, जिन्ना चिर असी बुलाउंदे नहीं ओना टाइम आउणा नहीं तुसी। इधर गुरु पातशाह ने देखो आनंदपुर साहब नूं भी त्याग दिता, सरसा ते परिवार का विछोड़ा भी पिया, साहबजादे भी शहीद होए, तो गुरमुखों खबरां तां सब पहुँचदियां सी। बाबा दीप सिंह जी दे हिरदे चों गुरु दे प्रेम दा उछाला आउंदा सी, पर रोकना पैंदा क्योंकि गुरु दा बचन सी, जद बुलावांगे उदों आई पहलां ते आउणा नहीं। जद श्री दमदमा साहब की धरती ते कलगियां वाले पातशाह बराजदे ने, भाई गुरदास जी तो बाद गुरु घर के महान विद्वान लखारी होए भाई मनी सिंह जी, ते बाबा दीप सिंह जी की लिखाई बड़ी सुंदर सी। सतगुरां ने संदेशा भेजिया, बाबा दीप सिंह जी चरणा विच आ गए जी, हुक्म महाराज कहिंदे भाई मनी सिंह लिखते ने तुसी सहायक बनो, कलमा करते शाही तैयार करते सहायक बने। उत्थे गुरमुख शब्द आ गया, जां तां प्रेम खिलन का चाओ, सिर तरतली गली मेरी आओ। बाबा दीप सिंह ने जदा शब्द सुनिया, भाई मनी सिंह जी ने लिखिया, पातशाह ने बोलिया, बाबा दीप सिंह ने हाथ जोड़े, सच्चे पातशाह आज जिहड़ा शब्द है, ज्यों त्यों प्रेम खेलन का चाओ, सिर तरतली गली मेरी आओ, कि ऐसा भी सिख होवेगा। बचन तो आप का अटल है जिहड़ा तुसी लिखता बाणी च, कि ऐसा भी कोई सिख होवेगा जिहड़ा सीस तली ते धर के आओ। कलगियां वाले पातशाह इन्ने प्रसन्न होए ते खुशी दे घर विच आए, कलगियां वाले पातशाह बाबा दीप सिंह जी नूं कहन लगे, जथेदार जी ये बेनती तुसी कीती है, कोई गल नहीं, समा आऊ ते सीस भी तो ही तली ते धर के आवेगा। बचन दमदमा साहब की धरती ते होए, फिर जहान खान, अताई खान, जद युद्ध होया ते गुरमुखो अखीर खब्बे हथ ते उस सांझे वार विच सीस कटिया गया सी, बाबा दीप सिंह जी भी शहीद हुंदे ने, उधर जहान खान भी खत्म, खब्बे हथ ते सीस उठा के हथ विच खंडा ते मुगलां नूं पै गई भाजड़ भी, तां मर के भी लड़दे ने। फिर अखीर परिक्रमा विच जाके गुरमुखो अजो पवित्र अस्थान बने ने, बचन कमाया नभाया सिरे तक है बहुत कठन, भाई मनी सिंह नाणे बंद बंद कटवा ले, पर सी तकड़ी उचारी कहता गुरु का बचन है, बंद बंद कट्टी मेरा बंद बंद। तो सुखमनी साहब की अठवीं अष्टपदी का भोग पाया सी जब भाई मनी सिंह शहीद होंदे ने। इस तरह गुरमुखों मैं एक होर बेनती करा, माता भागो वर्गियां
जिन्हों ने परवाना की देश कौम तो गुरु लिए निशावर हुई सत्कारयोग सिख जगत में बीबिया की बड़ी अणमुली थान। और अज शहीद भाई तारू सिंह जी उन्हां दी भी याद है ते जिन्हां ने गुरु दी मोहर सी केस केस नहीं कटाए उन्हां ने गुरमुखो देखो कहिंदे केस लोहे दियां तारां बन के कैंची तो ना कट्टी दे गुरमुखो केस नहीं कटाए अपना खोपर लहाता सत्कार दिता। पता क्यों मैं समा ज्यादा लै रहा साथी कविता भी कहणगे मैं बेनती ता कर रहा श्री आनंदपुर साहब आप जाने उत्थे होलगढ़ किला भी है लोहगढ़ किला भी है आनंदगढ़ किला भी है तारागढ़ किला भी है किन्ने किले ने पर जिस पावन धरती ते कलगिया माले पातशाह ने सिखा नू अमृत की दात बख्शी ना सिंह बनाए जिस दिन ते उस अस्थान का नाम की रखिया श्री केसगढ़ साहब। कलगिया माले पातशाह कहिंदे सिखा मैं तेरे केसा नू इन्ना प्यार करदा तेनू इत्थे अमृत छकाया ते इस तखत दा नां तेरे केसा ते रख के चलिया श्री केसगढ़ साहब। सो इस करके गुरमुख जिन्हां ने बचन कमाया गुरबाणी का उपदेश कमाया उन्हां गुरमुखां योधियां सुरबीरां की आ कहानी कथा विच आ प्रेम ना कविता विच सुनो भी बन सेवक सतगुर दा बना ਉਹ ਕਹਿੰਦੀ ਹੈ ਗੁਰਬਾਣੀ ਭਾਈ ਜਗਦੀਪ ਸਿੰਘ ਤੇ ਪ੍ਰਗਟ ਸਿੰਘ ਹੈ ਉਹ ਕਹਿਣ ਲਓ ਸੁਣੋ ਖਾਲਸਾ ਜੀ ਸਾਡੇ ਸਤਿਗੁਰ ਦਾ ਜੋ ਕਹਿਣਾ ਇਹ ਝੂਠੀ ਦੁਨੀਆ ਤੇ ਮਨਾ ਤੈ ਬੈਠ ਸਦਾ ਨਹੀਂ ਰਹਿਣਾ ਮਈਓ ਬਰਮ ਰੂਪ ਬਣ ਗਏ ਜੀ ਨੇ ਸੁਣ ਲਈ ਅਮਰ ਕਹਾਣੀ ਬਣ ਸੇਵਕ ਸਤਿਗੁਰ ਦਾ ਮਨਾਇਓ ਕਹਿੰਦੀ ਐ ਗੁਰਬਾਣੀ ਸਿੰਘ ਮਤੀ ਦਾਸ ਵਰਗੇ ਜਿਹਦੇ ਚੱਲੇ ਸੀਸ ਤੇ ਆਰੇ ਅੱਜ ਸੀਸ ਨਵਾਉਂਦੇ ਨੇ ਵੇਖੋ ਚੰਨ ਸੂਰਜ ਤੇ ਤਾਰੇ ਉਹ ਚੋ ਵਰਨ ਪੂਜਦੇ ਨੇ ਵੇਖੋ ਜਸ ਗਾਵੇ ਚੋ ਖਾਣੀ ਬਣ ਸੇਵਕ ਸਤਿਗੁਰ ਦਾ ਮਨਾਇਓ ਕਹਿੰਦੀ ਐ ਗੁਰਬਾਣੀ ਸਿੰਘ ਮਨੀ ਚੜੇ ਚਰਖੀ ਜੀ ਨੇ ਬੰਦ ਬੰਦ ਜੁਦਾ ਕਰਾ ਲੇ ਬਾਬੇ ਦੀਪ ਸਿੰਘ ਵਰਗੇ ਜਿੰਨਾ ਤਲੀਏ ਸੀ ਸਟਕਾ ਲੇ ਫੜਤੇ ਗਕਮਾ ਦੀ ਤੋਂ ਉਧਰ ਕੰਬੇ ਫੌਜ ਪਠਾਣੀ ਬਣ ਸੇਵਕ ਸਤਿਗੁਰ ਦਾ ਮਨਾਇਓ ਕਹਿੰਦੀ ਐ ਗੁਰਬਾਣੀ ਇੱਕ ਬਾਬੇ ਬੰਦੇ ਨੇ ਇੱਕ ਬਾਬੇ ਬੰਦੇ ਨੇ ਸੀਗਾ ਮਾਰਿਆ ਮੁਗਲ ਪਠਾਣਾ ਸਰ ਕਰਿਆ ਸਡੋਰੇ ਨੋ ਜੀ ਨੇ ਤੋੜਿਆ ਸ਼ਹਿਰ ਸਮਾਣਾ ਹੱਥ ਖੰਡਾ ਸਿੱਖੀ ਦਾ ਉੜਾਤੀ ਮੁਗਲ ਵਾਲੀ ਟਾਣੀ ਬਣ ਸੇਵਕ ਸਤਿਗੁਰ ਦਾ ਮਨਾਇਓ ਕਹਿੰਦੀ ਐ ਗੁਰਬਾਣੀ ਇੱਕ ਜਥਾ ਸਿੰਘਣੀਆਂ ਦਾ ਜਿਹੜਾ ਚੱਲ ਕੇ ਲਾਹੌਰੋਂ ਆਇਆ ਜਦ ਮੀਰ ਮਨੂ ਨੇ ਸੀ ਕਿਹੜਾ ਵਿੱਚ ਰਸਤੇ ਦੇ ਪਾਇਆ ਸਿੱਖੀ ਸਿਦਕਾ ਹਾਰੀਆਂ ਨਾ ਬੱਚੇ ਮਾਰੇ ਸੀ ਉਮਰ ਨਿਆਣੀ ਬਣ ਸੇਵਕ ਸਤਿਗੁਰ ਦਾ ਮਨਾਇਓ ਕਹਿੰਦੀ ਐ ਗੁਰਬਾਣੀ ਹੋਈਏ ਕਮਾਈ ਪਾਗੋ ਸੀ ਕਮਾਈ ਭਾਗੋ ਸੀ ਜੀ ਨੇ ਪੂਰ ਸਿੱਖੀ ਨੂੰ ਚਾੜਿਆ ਕਾਗਜ਼ ਬੇਦਾ ਵੇਦਾ ਜਿਹੜਾ ਦਸਮ ਗੁਰਾਂ ਨੇ ਪਾੜਿਆ ਉਹ ਤਨ ਉਹਨਾਂ ਮਾਈਆਂ ਦੇ ਜਿੰਨਾ ਸਿੱਖੀ ਕਦਰ ਪਛਾਣੀ ਬਣ ਸੇਵਕ ਸਤਿਗੁਰ ਦਾ ਮਨਾਇਓ ਕਹਿੰਦੀ ਐ ਗੁਰਬਾਣੀ ਇੱਕ ਨਾਮ ਵਾਹਿਗੁਰੂ ਦਾ ਇੱਕ ਨਾਮ ਵਾਹਿਗੁਰੂ ਦਾ ਜਿਹੜਾ ਸਭ ਦੇ ਕਸ਼ਟ ਨਿਵਾਰੇ ਬਾਬੂ ਸਿਆਂ ਜੀ ਤੇ ਕਹੇ ਲਾਓ ਗੁਰੂ ਨਾਨਕ ਦੇ ਨਾਰੇ ਸ਼ਹਿਰ ਬਰਾੜ ਕਹੇ ਬਾਣੀ ਹੈ ਅੰਮ੍ਰਿਤ ਦੀ ਖਾਣੀ ਬਣ ਸੇਵਕ ਸਤਿਗੁਰ ਦਾ ਮਨਾਇਓ ਕਹਿੰਦੀ ਐ ਗੁਰਬਾਣੀ ਬਣ ਸੇਵਕ ਸਤਿਗੁਰ ਦਾ ਮਨਾਇਓ ਕਹਿੰਦੀ ਐ ਗੁਰਬਾਣੀ ਬਣ ਸੇਵਕ ਸਤਿਗੁਰ ਦਾ ਮਨਾਇਓ ਕਹਿੰਦੀ ਐ ਗੁਰਬਾਣੀ
गुरु बाणी का उपदेश। गुरु नानक पातशाह तो लैके कलगियां वाले सतगुरु पातशाह तक ये पवित्र गुरबाणी दा त्यारा किया गया संपूर्णता, क्योंकि भाई गुरदास जी ने जादे रचना लिखी सेवा मिली पंजवें पातशाह ने बख्शी, उस तो बाद कलगियां वाले पातशाह ने नौवें पातशाह के पवित्र सलोक वैराग लई वो दर्ज किए, जिवें पहला बेनती की भाई मनी सिंह जी हुणां वल। हुण मैं इत्थों आ बेनती करां, आपां इतिहास बोलांगे, अज गुरु पूजा का दिवस है, तो श्री गुरु ग्रंथ साहिब पातशाह नूं जद कलगियां वाले सतगुरां ने गुरता गद्दी दित्ती है, बख्शी है, नमस्कार कीती है, उस समें दा इतिहास। कलगियां वाले पातशाह जद इधरों जांदे ने नदेड़ दी धरती वल, जिथे अज भी अनेक लखां संगतां दर्शन करके अपना जीवन सफला करदियां, गुरमुखो उत्थे ही कलगियां वाले पातशाह ने नदेड़ की धरती ते जाके जिहड़ा माधोदास विरागी सी, वो माधोदास विरागी नूं जाके जद दर्शन दिते, उहदे पलंग ते बैठे, जद कोई उहदे पलंग ते बैठदा तां उह अपना पलंग अपनी शक्ति दे नाल पुट्ठा कर दिंदा। जद कलगियां वाले पातशाह जाके विराजे, उहदे जिहड़े सेवक सी ना चेले माधोदास विरागी दे, ਉਹ ਕਹਿੰਦੇ ਅੱਜ ਇੱਕ ਐਸਾ ਪੀਰ ਆਇਆ ਬੈਠਾ ਪੀਰ ਪਲੰਗ ਤੇ ਜਿਹੜਾ ਉਸ ਵੱਲ ਝਾਕਿਆ ਜਾਵੇ ਨਾ। ਉਹ ਦੌੜਾ ਭੱਜਿਆ ਆਇਆ, ਕਹਿੰਦਾ ਐਸਾ ਆਪਣੀਆਂ ਸ਼ਕਤੀਆਂ ਅਜਮਾਈਆਂ। ਪਰ ਗੁਰਮੁਖੋ ਸਾਹਿਬ, ਫਿਰ ਮੈਂ ਬੇਨਤੀ ਕਰਾਂ ਸੰਖੇਪ ਵਿੱਚ, ਸਮੇਂ ਵਿੱਚ ਰਹਿੰਦੇ ਹਾਂ। ਜਦ ਉਹ ਸਨਮੁਖ ਆਇਆ ਨਾ ਕਲਗੀਆਂ ਵਾਲੇ ਪਾਤਸ਼ਾਹ ਦੇ ਅਤੇ ਗੁਰੂ ਪਾਤਸ਼ਾਹ ਦੇ ਕੀਤੇ ਦਰਸ਼ਨ, बस आके शीस झुकाता ते हाथ जोड़ के बेनती कीती, बख्शी मैनू बाजा वाले। महाराज कहिंदे क्यों? कहिंदे मैं तेरा ही बंदा है। महाराज कहिंदे अच्छा, जे बंदा ते बंदियां वाले काम कर, आ काम की करदा तू? अखीर वो कहिंदा जी जो समा लंघ गया ਉਹਦੀ ਬਖਸ਼ੋ ਮਾਫ਼ੀ ਅਤੇ ਅੱਗੇ ਵਾਸਤੇ ਹੁਕਮ ਕਰੋ। ਕਲਗੀਆਂ ਵਾਲੇ ਪਾਤਸ਼ਾਹ ਨੇ ਤੀਰ ਬਖਸ਼ੇ, ਹੁਕਮਨਾਮੇ ਬਖਸ਼ੇ, ਕਹਿੰਦੇ ਤੈਨੂੰ ਪਤਾ ਪੰਜਾਬ ਦੀ ਧਰਤੀ 'ਤੇ ਕਿੰਨਾ ਪਾਪ ਹੁੰਦਾ? ਥਾਪੜਾ ਲਾ ਕੇ ਬਾਬਾ ਬੰਦਾ ਸਿੰਘ ਬਹਾਦਰ ਅੰਮ੍ਰਿਤ ਛਕਾ ਕੇ ਬਣਾ ਕੇ ਯੋਧਾ ਸੂਰਬੀਰ ਤੋਰਿਆ ਪੰਜਾਬ ਵੱਲ ਨੂੰ, ਫਿਰ ਉਹਨੇ ਕੀਤਾ ਸੀ ਜ਼ਾਲਮਾਂ ਦਾ ਨਾਸ਼। ਇੱਥੋਂ ਕਲਗੀਆਂ ਵਾਲੇ ਪਾਤਸ਼ਾਹ ਅੰਤਰ ਜਾਮੀ, ਜਦ ਆਹ ਜਿਹੜਾ ਸੰਸਾਰ ਹੈ ਨਾ, ਕਹਿੰਦੇ ਪੂਰੀ ਡੇਟ ਹੋ ਗਈ ਜਗਤ ਤਮਾਸ਼ਾ ਵੇਖਣ ਦੀ, ਵਤਨੋਂ ਦੂਰ ਡੇਰਾ ਵਿੱਚ ਜੰਗਲਾਂ ਦੇ ਲਾ, ਜੰਗਲਾਂ 'ਚ ਡੇਰਾ ਲਾ ਲਿਆ। ਹੁਣ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਬਾਣੀ ਧੁਰ ਕੀ ਬੋਲਣ ਰਾਹੀ ਔਖਟ ਰਾਹਾਂ ਦੇ, ਸੱਚੀ ਸਾਖੀ ਵੇਖਿਆ ਹਾਲ ਸੁਣਾਇਆ। ਕਲਗੀਆਂ ਵਾਲੇ ਪਾਤਸ਼ਾਹ ਨੇ ਸੰਗਤ ਨੂੰ ਇੱਕ ਹੁਕਮ ਕੀਤਾ, ਇੱਕ ਸੰਦੇਸ਼ ਦਿੱਤਾ। ਉਹ ਸੰਦੇਸ਼ ਕੀ ਸੀ? ਆਪ ਕਵਿਤਾ ਵਿੱਚ ਸੁਣੋ। ਮਹਾਰਾਜ ਕਹਿੰਦੇ ਅੱਜ ਤੋਂ ਤਾਂ ਦਸੇ ਗੁਰਾਂ ਦੀ ਜਿਹੜੀ ਜੋਤ ਹੈ ਉਹ ਹੈ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਜਿਹਨੇ ਦਰਸ਼ਨ ਕਰਨੇ ਨੇ, ਨਮਸਕਾਰ ਕਰਨੀ ਹੈ ਸਤਿਗੁਰਾਂ ਨੂੰ, ਜਿਵੇਂ ਪਾਤਸ਼ਾਹ ਹੁਣ ਬਚਨ ਕਰਦੇ ਨੇ, ਉਹ ਪੰਜ ਪੈਸੇ ਨਰੇਲ ਭੇਟਾ ਕਰਕੇ ਨਮਸਕਾਰ ਕਰਕੇ ਪਰਿਕਰਮਾ ਕਰਦੇ ਨੇ। ਇੱਕ ਪਾਸੇ ਪੰਜ ਪੈਰੇ ਸਿੰਘ ਸਾਹਿਬਾਨ ਖੜ੍ਹੇ ਨੇ, ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ, ਅਤੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜਿਵੇਂ ਸੰਗਤ ਨੂੰ ਆਵਾਜ਼ ਦਿੰਦੇ ਨੇ ਕਲੀ ਛੰਦ ਰਾਹੀਂ ਸਰਵਣ ਕਰੋ, ਭਾਈ ਜਗਦੀਪ ਸਿੰਘ ਅਤੇ ਪ੍ਰਗਟ ਸਿੰਘ ਕਹਿਣਗੇ। ਮਹਾਰਾਜ ਕਹਿੰਦੇ ਅਸੀਂ ਜਾਵਾਂਗੇ ਸੰਸਾਰ ਨੂੰ ਅਲਵਿਦਾ ਕਹਿ ਕੇ,
दसे गुरां दी जोत गुरु ग्रंथ साहब नूं करनी नमस्कार महाराज गुरसंगत नूं इउं आवाज दिंदे ने पहुंच नंदेड़ सच खंड अर्शी चोजी प्रीतम ने पहुंच नंदेड़ सच खंड अर्शी चोजी प्रीतम ने खबर सब दुनिया नो जो पणा वरताया खबर सब दुनिया नो जो पणा वरताया पूरी डेट हो गई जगत तमाशा देखण दी पूरी डेट हो गई जगत तमाशा देखण दी बतनों दूर डेरा बिच जंगलां दे लाया बतनों दूर डेरा बिच जंगलां दे लाया पैसे पंज ललेरनों तर के कलंगी वाले ने पैसे पंज ललेरनों तर के कलंगी वाले ने श्री गुरु ग्रंथ साहब नो अपना शीस झुकाया श्री गुरु ग्रंथ साहब नो अपना शीस झुकाया अज तो दसे गुरां दी जोत शोभत कती दे अज तो दसे गुरां दी जोत शोभत कती दे जुग जुग चूलू चंडा ऐसा गगन चढ़ाया जुग जुग चूलू चंडा सतगुर गगन चढ़ाया भगत कबीर ते पीपा सदना शेख फरीद जी भगत कबीर ते पीपा सदना शेख फरीद जी दुनिया तारन कारण नाम जहाज चलाया दुनिया तारन कारण नाम जहाज चलाया पानी तुरकी बोलण राही हो गटरां दे साची सखी अखी वेख्या हाल सुनाया साखी सची अखी देख्या हाल सुनाया ओ देता तिलक गुराने ओ देता तिलक गुराने गद्दी गुरु ग्रंथ दी खड़ गया हो परदेसी मागजरी दा जाया खड़ गया हो परदेसी मागजरी दा जाया ओ धर्म पवित्र जन्मिया पेटो माता दया दे धर्म पवित्र जन्मिया कुखो माता दया दे करे नरोल गुराने अमृत जदों छकाया करे नरोल गुराने अमृत जदों छकाया ओ सतगुर कहण पराड़ा समझा तो गल दूर पड़ी सतगुर कहण पराड़ा समझा तो गल दूर बड़ी पर्वत जिमें हिमाला हिलदा नहीं हिलाया पर्वत जिमें हिमाला हिलदा नहीं हिलाया कहिंदे ने कलगियां वाले पातशाह आह देता तिलक गुराने गद्दी गुरु ग्रंथ दी खड़ गया हो परदेसी मां गुजरी दा जाया अज परदेसी बन के खड़ गए इशारा किया महाराज बचन कहिंदे ने संगत नूं कहिंदे धर्म पवित्र जन्मिया पेटो माता दया दे जेड़ा धर्म है एक इत्थों जन्मिया विचार करते सी कहिंदे भी एक मां दा जन्म कदों हुंदा एक मां दा जन्म उदों हुंदा जदों वो बच्चे नूं जन्म दिंदी है संत मसकीन सिंह जी कहिंदे उदों ही मां दा जन्म हुंदा जदों बच्चे नूं जन्म देवे हुण इसे तरह जिहड़ा धर्म है तां पवित्र
पर यह जन्मया कितों पेटों माता दया दे। जप जी साहब विच गुरु नानक पातशाह कृपा करते कहिंदे तौल धर्म दया का पूत, जिहड़ा धर्म है ये दया का पुत्र है। तो स्वामी दरबारा सिंह जी लिखते ने कहिंदे सब याद तो गुरु की याद वड्डी दया वड्डी है, पर उपकार नालों दया जिहड़ी है ये सब तो पहला। तो जिहड़े हिरदे विच गुरमुख दया नहीं वह बंदा कदे धर्मी नहीं हो सकता, ये गल स्पष्ट है। रूप स्वरूप बेना नहीं रखाउंदा, गल तां अंदर दी। हुण मैं बेनती करा कलगियां वाले पातशाह ने उपदेश दिता कहिंदे सिखो पहला अपने हिरदे दे विच दया धारो, जीवां ते दया करनी हर एक दे भले लई सोचना, किसी का बुरा नहीं सोचना। ये वचन करते ने महाराज कहिंदे हुण दसे गुरां दी जोत गद्दी ते सुशोभत है श्री गुरु ग्रंथ साहिब पातशाह। एक पासे पंज प्यारे सिंह साहिबान खड़े ने कलगियां वाले पातशाह, तिलक दे के नमस्कार करके परिक्रमा करके संगत नूं प्रवचन कह दिते भी अज तो बाद सारी सिख जगत जिहड़ा सारा संसार ਲਈ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਉਪਦੇਸ਼ ਹੈ ਸਾਰੇ ਧਰਮਾਂ ਨੂੰ ਉਪਦੇਸ਼ ਹੈ। ਮਹਾਰਾਜ ਨੇ ਇਹ ਬਚਨ ਮਖਾਰ ਵਿੱਚੋਂ ਕਹੇ ਵੀ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਨੀ। ਵਿਦਵਾਨਾਂ ਨੇ ਕਵੀਆਂ ਨੇ ਉਹਨੂੰ ਇੱਕ ਰੂਪ ਦਿੱਤਾ, ਸ਼ਬਦ ਆਪਾਂ ਪੜ੍ਹਦੇ ਹਾਂ ਜਦ ਅਰਦਾਸ ਤੋਂ ਬਾਅਦ ਦੁਹਰਾ ਆ ਗਿਆ ਭਾਈ ਅਕਾਲ ਕੀ ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹੇ, ਜੋ ਪ੍ਰਭ ਕੋ ਮਿਲਵੋ ਚਾਹੇ ਖੋਸ਼ ਸ਼ਬਦ ਮੈਂ ਲਿਹੇ। ਗੁਰਮੁਖੋ ਆਵਾਜ਼ ਦਿੱਤਾ, ਜਿਹੜੇ ਤੁਹਾਡੇ ਵਰਗੇ ਗੁਰਮੁਖ ਸੰਗਤ ਬੈਠੀ ਸੀ। ਇੱਕ ਬਚਨ ਹੋਰ ਮਹਾਰਾਜ ਜੀ ਦਾ ਬੜਾ ਪਿਆਰ ਦਾ, ਮਹਾਰਾਜ ਕਹਿੰਦੇ ਸਿੱਖੋ ਜੇ ਮੇਰੇ ਸਰੂਪ ਦੇ ਦਰਸ਼ਨ ਕਰਨੇ ਨੇ ਉਹ ਪੰਜ ਪਿਆਰੇ ਸਿੰਘਾਂ ਦੇ ਦਰਸ਼ਨ ਕਰਿਓ, ਮੇਰੇ ਸਰੂਪ ਦੇ ਦਰਸ਼ਨ ਹੋਣਗੇ ਤੇ ਜਿਨੇ ਮੇਰੀ ਆਤਮਾ ਦੇ ਦਰਸ਼ਨ ਕਰਨੇ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੋਣਗੇ। ਇਹ ਬਚਨ ਕਰਕੇ ਫਿਰ ਜਿਹੜੀ ਸੰਗਤ ਸੀ ਨਾ ਵਿਰਾਗ ਵਿੱਚ ਆ ਗਈ, ਕਿਉਂਕਿ ਹੁਣ ਤੱਕ ਤਾਂ ਸਨਮੁਖ ਦਰਸ਼ਨ ਕੀਤੇ, ਸਨਮੁਖ ਬੇਨਤੀਆਂ ਕੀਤੀਆਂ, ਸਨਮੁਖ ਬਚਨ ਸੁਣੇ। ਤੁਹਾਡੇ ਵਰਗੀ ਜਿਹੜੀ ਸੰਗਤ ਸੀ ਪਿਆਰ ਵਾਲੇ ਹੱਥ ਜੋੜ ਕੇ ਬੇਨਤੀ ਕਰਦੀ, ਤੇ ਹੁਣ ਝੋਕ ਸ਼ੰਦ ਸੁਣੋ ਸਾਥੀਆਂ ਤੋਂ। ਉਹ ਕਹਿੰਦੇ ਸੱਚੇ ਪਾਤਸ਼ਾਹ ਆਉਣਾ ਨਹੀਂ ਸਬਰ ਸਤਿਗੁਰੂ ਸਨਮੁਖ ਪ੍ਰਚਾਰ ਬਿਨਾ। ਸਨਮੁਖ ਹੁਣ ਤੱਕ ਬੇਨਤੀਆਂ ਕੀਤੀਆਂ, ਬਚਨ ਸੁਣੇ, ਹੁਣ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਬੇਨਤੀ ਕਰਾਂਗੇ, ਪਤਾ ਕਿਵੇਂ ਲੱਗੂ ਬੇਨਤੀ ਪ੍ਰਵਾਨ ਹੋਈ ਕਿ ਨਹੀਂ। ਕਲਗਿਆਂ ਵਾਲੇ ਪਾਤਸ਼ਾਹ ਕਹਿੰਦੇ ਸਿੱਖੋ ਤੁਹਾਡੇ ਤਾਂ ਬਹੁਤ ਉੱਤਮ ਭਾਗ ਨੇ ਉੱਤਮ। ਉਹ ਕਹਿੰਦੇ ਜੀ ਕਿਸ ਤਰ੍ਹਾਂ? ਮਹਾਰਾਜ ਕਹਿੰਦੇ ਹੁਣ ਤੱਕ ਬਾਬਾ ਬੁੱਢਾ ਸਾਹਿਬ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਬ੍ਰਹਮ ਗਿਆਨੀ ਉਹਨਾਂ ਨੇ ਛੇ ਪਾਤਸ਼ਾਹੀਆਂ ਤੱਕ ਦਰਸ਼ਨ ਕੀਤੇ ਆ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ, ਤੇ ਤੁਹਾਡੇ ਉੱਤਮ ਭਾਗ ਇਸ ਕਰਕੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭਾਵਨਾ ਸ਼ਰਧਾ ਰੱਖਿਓ, ਤੁਹਾਨੂੰ ਦਸੇ ਪਾਤਸ਼ਾਹੀਆਂ ਦੇ ਦਰਸ਼ਨ ਹੋਣਗੇ। ਪਹਿਲਾ ਬਚਨ ਉਹ ਕਹਿੰਦੇ ਜੀ ਅਰਦਾਸ। ਮਹਾਰਾਜ ਕਹਿੰਦੇ ਅਰਦਾਸ, ਅਰਦਾਸ ਕੋਈ ਫੋਰਮੈਲਿਟੀ ਨਹੀਂ, ਵੀ ਆਹ ਸ਼ਬਦ ਜ਼ਰੂਰ ਗਿਣਨੇ ਨੇ। ਅਰਦਾਸ ਤਾਂ ਇੱਕ ਭਾਵਨਾ ਹੈ, ਇੱਕ ਸ਼ਰਧਾ ਹੈ, ਪ੍ਰੇਮ ਦੀ ਇੱਕ ਆਵਾਜ਼ ਹੈ। ਕਹਿੰਦੇ ਨੇ ਮਹਾਰਾਜ ਕਹਿੰਦੇ ਤੁਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਆ ਕੇ ਸ਼ਰਧਾ ਨਾਲ ਨਮਸਕਾਰ ਕਰਿਓ ਤੇ ਹਿਰਦੇ 'ਚ ਕਰਿਓ ਅਰਦਾਸ। ਤੇ ਮਹਾਰਾਜ ਕਹਿੰਦੇ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਆਗਿਆ ਕੀਚੈ ਅਰਦਾਸ, ਬਿਨ ਬੋਲਿਆਂ ਤੋਂ ਜਾਣੋ ਹਿਰਦੇ ਦੀਆਂ, ਚਿੰਤਾ ਨਾ ਕਰੋ। ਪਰ ਫਿਰ ਵੀ ਸੰਗਤ ਗੁਰਮੁਖੋ ਬੜੀ ਵਿਰਾਗ ਵਿੱਚ ਹੈ, ਗਲਾਂ ਵਿੱਚ ਪੱਲੇ ਪਾ, ਹੱਥ ਜੋੜ, ਸੀ ਝੁਕਾ ਕੇ, ਨੇਤਰਾਂ 'ਚੋਂ ਵਿਰਾਗ ਦੇ ਆਂਸੂ ਘੇਰ ਕੇ ਕਲਗਿਆਂ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜਿਵੇਂ ਸਾਰੀ ਸੰਗਤ ਬੇਨਤੀ ਕਰਦੀ ਹੈ, ਬੜਾ ਵਿਰਾਗ ਦਾ ਇਹ ਛੰਦ ਹੈ, ਝੋਕ ਛੰਦ। ਉਹ ਕਹਿੰਦੇ ਸੱਚੇ ਪਾਤਸ਼ਾਹ ਐਸਾ ਤਖਤ ਦਾ ਮਾਲਕ ਰਚੋ ਜਿਹੜਾ ਦੋਸ਼ੀਆਂ ਨੂੰ ਸਜ਼ਾ ਦੇਵੇ,
ਜ਼ਾਲਮਾਂ ਦਾ ਨਾਸ਼ ਕਰੇ ਤੇ ਆਪਣੇ ਭਗਤਾਂ ਸੰਤਾਂ ਨੂੰ ਸ਼ਰਨ ਦੇਵੇ। ਤੇ ਮਹਾਰਾਜ ਸਾਡੀ ਇਹ ਬੇਨਤੀ ਪ੍ਰਵਾਨ ਕਰੋ ਵੀ ਆਉਣਾ ਨਹੀਂ ਸਬਰ ਸਤਿਗੁਰੂ ਸਨਮੁਖ ਪ੍ਰਚਾਰ ਬਿਨਾਂ ਸਾਰੀ ਗੁਰਸੰਗਤ ਵੈਰਾਗ ਵਿੱਚ ਆ ਕੇ ਸਤਿਗੁਰਾਂ ਨੂੰ ਇੱਕ ਬੇਨਤੀ ਦੇਖਾ ਭਲਾ ਹੇ ਇਉਂ ਕਰ ਸਤਿਗੁਰ ਨੂੰ ਸੰਗਤ ਕਹਿੰਦੀ ਸਾਡੀ ਫਰਿਆਦ ਹੈ ਦਿਲ ਦੀ ਜੋ ਦੁਨੀਆ ਸਾਡੀ ਹੋ ਗਈ ਬਰਬਾਦ ਹੈ ਸਿੱਧੇ ਰਾਹ ਤੋਰੂ ਕਿਹੜਾ ਸੱਚੀ ਸਰਕਾਰ ਬਿਨਾ ਆਉਣਾ ਨੀ ਸਬਰ ਸਤਿਗੁਰੂ ਸਨਮੁਖ ਪ੍ਰਚਾਰ ਬਿਨਾ ਆਉਣਾ ਨੀ ਸਬਰ ਸਤਿਗੁਰੂ ਤੁਰਦੇ ਹੋ ਪਰਮ ਧਾਮ ਨੂੰ ਕਰਕੇ ਮਜਬੂਰ ਤੁਸੀਂ ਜੰਗਲਾਂ ਵਿੱਚ ਡੇਰਾ ਲਾ ਲਿਆ ਵਤਨਾ ਤੋਂ ਦੂਰ ਤੁਸੀਂ ਗੱਦੀ ਦਾ ਤਿਲਕ ਦੇ ਰਹੇ ਸੋਚ ਵਿਚਾਰ ਬਿਨਾ ਆਉਣਾ ਨੀ ਸਬਰ ਸਤਿਗੁਰੂ ਸਨਮੁਖ ਪ੍ਰਚਾਰ ਬਿਨਾ ਆਉਣਾ ਨੀ ਸਬਰ ਸਤਿਗੁਰੂ ਮਾਲਕ ਕੋਈ ਰਚੋ ਤਖਤ ਦਾ ਜਿਹੜਾ ਇਨਸਾਫ ਕਰੇ ਜ਼ਾਲਮ ਨੂੰ ਸਜ਼ਾ ਸੁਣਾਵੇ ਭਗਤਾਂ ਨੂੰ ਮਾਫ ਕਰੇ ਹੋਣੇ ਨੀ ਸਹੀ ਫੈਸਲੇ ਹੋਣੇ ਨੀ ਸਹੀ ਫੈਸਲੇ ਮੂਰਤ ਸਾਕਾਰ ਬਿਨਾ ਆਉਣਾ ਨੀ ਸਬਰ ਸਤਿਗੁਰੂ ਸਨਮੁਖ ਪ੍ਰਚਾਰ ਬਿਨਾ ਆਉਣਾ ਨੀ ਸਬਰ ਸੁਆਮੀ ਗੱਦੀ ਗੁਰੂ ਨਾਨਕ ਜੀ ਦੀ ਰੋਸ਼ਨ ਸੰਸਾਰ ਤੇ ਮਾਤਾ ਤੇ ਪਿਤਾ ਪੁੱਤਰ ਸਭ ਆਪਣੇ ਤੈਵਾਰ ਤੇ ਮਾਤਾ ਤੇ ਪਿਤਾ ਪੁੱਤਰ ਸਭ ਆਪਣੇ ਵਾਰ ਤੇ ਕੱਲਾ ਦਰਵੇਸ਼ ਬਾਦਸ਼ਾਹ ਪਿਆਰੇ ਪਰਿਵਾਰ ਬਿਨਾ ਆਉਣਾ ਨੀ ਸਬਰ ਸ਼ਹਿਨਸ਼ਾਹ ਸਨਮੁਖ ਪ੍ਰਚਾਰ ਬਿਨਾ ਆਉਣਾ ਨੀ ਸਬਰ ਸੁਆਮੀ ਓ ਖਾਲਸਾ ਕਿਹਾ ਆਪਣੇ ਖਾਸ ਮੇਰਾ ਰੂਪ ਹੈ ਖਾਲਸਾ ਕਿਹਾ ਆਪਣੇ ਖਾਸ ਮੇਰਾ ਰੂਪ ਹੈ ਯੁੱਗਾਂ ਤੱਕ ਅਮਰ ਬਣਾਤਾ ਸਿੱਖੀ ਸਵਰੂਪ ਹੈ ਜਾਪੂ ਯੋ ਸੁਨੀ ਸੁਨੀ ਅਬਲਾ ਪਰ ਥਾਰ ਬਿਨਾ ਆਉਣਾ ਨੀ ਸਬਰ ਸਤਿਗੁਰੂ ਸਨਮੁਖ ਪ੍ਰਚਾਰ ਬਿਨਾ ਆਉਣਾ ਨੀ ਸਬਰ ਪਾਤਸ਼ਾਹ ਸੁਰ ਨਰ ਸਭ ਸੁਭਾ ਕਰਦੇ ਤੇਰੇ ਦਰਬਾਰ ਦੀ ਅੰਮ੍ਰਿਤ ਵਿੱਚ ਸ਼ਕਤੀ ਪ੍ਰਗਟਾ ਕੀਤੀ ਨਿਰੰਕਾਰ ਦੀ ਪਤ ਚੜਨਾ ਸ਼ਾਜੇ ਦਾਤਾ ਆ ਪਤ ਚੜਨਾ ਸ਼ਾਜੇ ਦਾਤਾ ਮੌਸਮ ਬਹਾਰ ਬਿਨਾ ਆਉਣਾ ਨੀ ਸਬਰ ਸਤਿਗੁਰੂ ਸਨਮੁਖ ਪ੍ਰਚਾਰ ਬਿਨਾ ਆਉਣਾ ਨੀ ਸਬਰ ਸਤਿਗੁਰੂ ਪਿਆਰੇ ਪੰਜ ਜੋਤ ਆਪ ਦੀ ਬੇਸ਼ਕ ਭਰਪੂਰ ਹਾਂ ਮਿਲਣੇ ਨੀ ਜਾਮ ਵਸਲ ਦੇ ਇੱਥੇ ਮਜ਼ਬੂਰ ਹਾਂ ਸਜਦਾ ਨੀ ਰਾਗ ਬਰਾੜਾ ਸਜਦਾ ਨੀ ਰਾਗ ਬਰਾੜਾ ਪੂਰੇ ਸੁਰ ਧਾਰ ਬਿਨਾ ਆਉਣਾ ਨੀ ਸਬਰ ਸਤਿਗੁਰੂ ਸਨਮੁਖ ਪ੍ਰਚਾਰ ਬਿਨਾ ਆਉਣਾ ਨੀ ਸਬਰ ਸਤਿਗੁਰੂ ਗੁਰੂ ਸੰਗਤ ਵੈਰਾਗ ਵਿੱਚ ਆ ਗਈ ਉਹ ਕਹਿੰਦੇ ਸੱਚੇ ਪਾਤਸ਼ਾਹ ਗੱਦੀ ਗੁਰੂ ਨਾਨਕ ਜੀ ਦੀ ਰੋਸ਼ਨ ਸੰਸਾਰ ਤੇ ਮਾਤਾ ਤੇ ਪਿਤਾ ਪੁੱਤਰ ਆਪਣੇ ਤੈਵਾਰ ਤੇ ਮਾਤਾ ਪਿਤਾ ਧੀ ਪੁੱਤਰ ਸਭ ਵਾਰ ਤੇ ਆਹ ਕੱਲਾ ਦਰਵੇਸ਼ ਬਾਦਸ਼ਾਹ
प्यारे परिवार बिना अखियां दे तारे जिगर दे टुकड़े बड़े चमकौर साहब वारते छोटे साहबजादे सरहंदियां नीहां विचणे गए माता ते पिता पुत्र चारे देश कौम उपर दी वार के अज आप भी कहने हो भी असी हुण जावांगे सच्चे पातशाह आप कृपा करो जाओ कल्ला दरवेश पातशाह प्यारे परिवार बिना आना नहीं सबर सतगुरु सनमुख प्रचार बिना ये बेनती की संगत ने सतगुरु कृपा कर माणुकिया वाली संगत बहुत सारी माया भेज के साजन जी होनी जो ये वीडियो बनाते ने जी पंजाबी ते चलती है धन्यवाद और बहुत सारिया गुरसंगत माता भैन वीर बजुर्ग सारिया गुरसंगत का धन्यवाद मैं बेनती करता सी गुरमुखो संगत ने अर्ज गुजारी बराग विच तुसी संगत बहुत बैठे हो जद किते ए बचन स्वामी दरबारा सिंह महाराज ने स्टेज तो कहे सी ना मना मेरे आ समुंदरों डूंघिया होए तेरे विच ने ब्रह्म विचार गुड़े किते इस संसार को छोड़ जेगा पैके गैने टुट प्यार गुड़े जिन्हां नाल तू अति प्यार करदे रोंदे छड़ जेगा दिलदार गुड़े छोड़ मैं फुला चले दरबार सिंह जिथे हुंदे सी ब्रह्म विचार गुड़े आप संगत आ जिन्हां ने यह बचन स्वामी दरबारा सिंह जी के मुख चो उस सुने हो जरूर थोनों ये शब्दों के नालों समा याद आता होगा तो इनू झलना बड़ा औखा हों मैं पहला भी बेनती की गुरु कदे दूर नहीं हों शरीर करके ओला करता तो गुरु का तो वास हमेशा हिरदे च हों क्योंकि गुरु का शब्द का रूप है संगत ने हाथ जोड़ अर्ज गुजारी सच्चे पातशाह ये विछोड़ा असी सह नहीं सकते बहुत औखा गुरमुखों मैं बेनती करते हैं धियां पुत्र भैन भरा विदेशों जा रहे हैं अज बहुत ज्यादा दौर है कोई कनेडा अमेरिका इंग्लैंड आस्ट्रेलिया न्यूजीलैंड सब जा रहे हैं वो कमाई करने वास्ते गए ने चाहे फोना ते गलबात हुंदी है स्नेह पहुँचते रहिंदे ने पर फिर भी मन विच माता पिता जिन्हां दे धियां पुत्र विदेश विच जांदे ने खुशी नहीं मजबूरी है भेजना ते वह जिहड़ा विछोड़ा वह माता पिता ही जानते हैं भी उन्हां नूं वह विछोड़ा कितना औखा लगता है जिहड़े विदेशां विच बैठे ने धियां पुत्र उन्हां नूं पुछ के देखो भी उन्हां नूं परिवार का विछोड़ा कितना औखा लगता सहना ते जिहड़ा गुरु दे नाल विछोड़ा ना गुरमुखो तो सब तो औखा है इनू सहा नहीं जा सकता गुरु साहब जी कहते सब तो बड़ा दुख पिछोड़े का एक दुख पिछोड़ा एक दुख भोग एक दुख सख्त वार जमदूत एक दुख रोग लगे तन धाए वैद ना भोलै दारू लाए अज वह जद पिछोड़े की गल चले सब संगत ने गलां विच पले पा नेत्रां चो आंसू केर चरणा ते नमस्कार करके अर्ज गुजारी सतगुरु आप जाओ ना महाराज कहिंदे वो अकाल पुरख का हुक्म आ गया स्वामी जी का एक शब्द आप सरवण करते हैं कि है तेरी इत्थे मनियाद होए मना अवतार ना रहे सतगुरु कहिंदे उहदे हुक्म विच अवतार आउंदे ने ते हुक्म विच जांदे ने ते इस करके कहिंदे तेरे वार किसे ना मोड़े किते दसवें गुरु ना लोड़े पाते परिवार विछोड़े तू सरसा नदी दे तीरे नी की कीता तू तकदीरे नी नहीं होन हार दा हुक्म टलना आ गया जदों नंबर एक दिन तैनू भी पऊगा चलना तुर गए पैगंबर करनी खिजाने बर्बाद होए मना आप हार ना रहे की है तेरी इत्थे मनियाद होए मना अवतार ना रहे जद सतगुरु पातशाह ने ये बचन कहना तो सारी जड़ी संगत सी
अर्जा करती है, पर हुण पातशाह की बचन कहिंदे ने, ओह कविता सुणो। महाराज कहिंदे घबराओ ना, मैं एक ऐसा बर्म बगीचा ला के चलिया। बर्म बगीचा केड़ा? ए बर्म बगीचा एक अमर फलां दा बाग है, जो चाहूं एदे दर तो मिलू, पर गल है शरदा ते भावना। ते कलगियां वाले सतगुरां दे बचन सी उत्थे गुरु ग्रंथ साहब जी दे सत्कार विच। महाराज कहिंदे जिन्ना तुसी गुरु ग्रंथ साहब जी दा सत्कार करोगे, उदो किते ज्यादा वह कला गुरु ग्रंथ साहब का नहीं, वह दसे पातशाहियां का सत्कार है। 15 भगतां का, 11 भट्टां का, 4 सिखां का, जिन्हों की बाणी है एक रूप गुरु ग्रंथ साहब जी, जिन्ना सत्कार महाराज कहिंदे सिखो संगत जी गुरु ग्रंथ साहब का करोगे ना, थोनों अर्ज करन दी लोड़ नहीं, उदो किते दुगना चौगना सत्कार थोड़ा दुनिया में होगा। गुरु साहब के स्वरूप जिन्नी श्रद्धा रखोगे, भावना रखोगे, सत्कार करोगे, विश्वास रखोगे, उन्नी थोड़ी चढ़ती कला हो। हुण सतगुरु कहिंदे एक अमर फला दा बाग है, ये कदे भी मुकना नहीं, अतुट वरतू ना ये सुके। आ हुंदी है ना पतझड़, जद आउंदी है पतझड़ दे विच जिहड़े बाग ने जां पत्ते या दरख्तां दे ਉਹ ਝੜ ਜਾਂਦੇ ਨੇ, ਦੁਆਰਾ ਫਿਰ ਆਉਂਦੇ ਆ ਸਮੇਂ ਤੇ। ਮਹਾਰਾਜ ਕਹਿੰਦੇ ਇਹ ਐਸਾ ਬਰਮ ਬਗੀਚਾ, ਇਹਤੇ ਪੱਤ ਝੜ ਕਦੇ ਨਹੀਂ ਆਊ ਕਦੇ। ਤੇ ਜੋ ਸ਼ਰਧਾ ਵਿਸ਼ਵਾਸ ਨਾਲ ਇਹਨੂੰ ਅਰਦਾਸ ਕਰੂ, ਭਾਵਨਾ ਰੱਖੂ, ਉਹਦੇ ਕਾਰਜ ਅਸੀਂ ਆਪ ਪੂਰੇ ਕਰਾਂਗੇ। ਅਮਰ ਫਲਾਂ ਦਾ ਇਹ ਬਾਗ, ਕਦੇ ਵੀ ਪੱਤ ਝੜ ਆਉਣੀ ਨਾ, ਜਦ ਤੱਕ ਦੁਨੀਆ ਜੋਤ ਜਗੂਗੀ ਪਹੁ ਜਗਾਉਣੀ ਨਾ। ਅਮਰ ਫਲਾਂ ਦਾ ਚਮਨ, ਕਦੇ ਵੀ ਪਤਝੜ ਆਉਣੀ। ਗੁਰਮੁਖੋ ਇੱਥੇ ਮਹਾਰਾਜ ਕਹਿੰਦੇ ਕਦੇ ਪਤਝੜ ਨਹੀਂ ਆਉਣੀ। ਲੋ ਮੈਂ ਸ਼ਬਦ ਵੀ ਕਹਾਵਾਂ, ਜਦ ਸਵੇਰ ਵੇਲੇ ਪਵਿੱਤਰ ਹੁਕਮਨਾਮਾ ਗ੍ਰੰਥੀ ਸਾਹਿਬ ਜੀ ਨੇ ਲਿਆ, ਅੱਜ ਗੁਰੂ ਪੂਜਾ ਦਾ ਦਿਵਸ ਹੈ, ਅਤੇ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤਾ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ, ਵੱਡੇ ਭਾਗ ਭੇਟੇ ਗੁਰਤੇਵਾ, ਕੋਟ ਅਪਰਾਧ ਮਿਟੈ ਹਰ ਸੇਵਾ। ਚਾਹੇ ਗੁਰਮੁਖੋ ਅੱਜ ਬਾਰਿਸ਼ ਸੀ, ਪਰ ਬੜੇ ਪਿਆਰ ਨਾਲ ਸੰਗਤਾਂ ਚਾਹੇ ਬਾਰਿਸ਼ ਵਿੱਚ ਭਿੱਜ ਕੇ ਆਈਆਂ ਪ੍ਰੇਮ ਵਿੱਚ, ਕਿਉਂਕਿ ਫਰੀਦ ਸਾਹਿਬ ਜੀ ਕਹਿੰਦੇ ਨੇ ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇ ਹੋ, ਭੇਜੋ ਸਿਜੋ ਕੰਬਲੀ ਅੱਲਹ ਵਰਸੇ ਮੇ ਹੋ, ਜਾਏ ਮਿਲਾ ਤਿਨਾ ਸੱਜਣਾ ਟੁੱਟੇ ਨਾਹੀਂ ਨੇ ਹੋ। ਇਹ ਪ੍ਰੇਮ ਹੈ ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ ਦੇ ਸਮੇਂ ਤੋਂ, ਸਵਾਮੀ ਜੋਰਾ ਸਿੰਘ ਜੀ 27 ਸਾਲ ਉਹ ਪ੍ਰੇਮ ਵਰਤਾ ਗਏ, ਆ ਸਵਾਮੀ ਜਗਜੀਤ ਸਿੰਘ ਜੀ ਵਰਤਾ ਰਹੇ ਨੇ। ਸਾਰੀਆਂ ਗੁਰਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਸਵਾਮੀ ਜੀ ਆਪਣੇ ਬੱਚਿਆਂ ਨੂੰ ਮੇਰੇ ਭਰੇ ਆਸ਼ੀਰਵਾਦ ਦੇ ਨਾਲ ਨਵਾਜਦੇ, ਇਸ ਘੜੀ ਨੂੰ ਕਰੋੜਾਂ ਹੀ ਵਾਰ ਨਮਸਕਾਰ। ਸਤਿਗੁਰ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ, ਜਥੇ 'ਤੇ ਅਸੀਸ ਬਖਸ਼ਣ, ਆਪ ਗੁਰਸੰਗਤ ਦਾ ਪਿਆਰ ਬਖਸ਼ਣਾ ਜੀ। ਆਓ ਆ ਕਵਿਤਾ ਸੁਣੋ, ਕਲਗਿਆਂ ਵਾਲੇ ਸਤਿਗੁਰੂ ਕਹਿੰਦੇ ਪਤਝੜ ਕਦੇ ਨਹੀਂ ਆਊ, ਅਤੇ ਗੁਰੂ ਗ੍ਰੰਥ ਸਾਹਿਬ ਦਾ ਹੋਣਾ ਕਦੇ ਵਿਨਾਸ਼ ਨਹੀਂ। ਕਲਗਿਆਂ ਵਾਲੇ ਪਾਤਸ਼ਾਹ ਸਾਰੀ ਗੁਰਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਤਿਕਾਰ ਅਤੇ ਪਿਆਰ ਵਿੱਚ ਚੰਦ ਸ਼ਬਦ ਅਤੇ ਖਪਲਾ ਹੇ ਕਿਉਂ ਮਿਰਤ ਮੰਡਲ ਵਿੱਚ ਸਿੰਘੋ ਬਰਮ ਬਗੀਚਾ ਲਾ ਚੱਲਿਆ, ਯੁੱਗਾਂ ਤੱਕ ਜਗੂਗੀ ਜਿਹੜੀ ਜੋਤ ਜਗਾ ਚੱਲਿਆ। ਓਹੋ ਜਦ ਤੱਕ ਦੁਨੀਆ ਕਦੇ ਛੁਪੂਗਾ ਇਹ ਪ੍ਰਕਾਸ਼ ਨਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੋਣਾ ਕਦੇ ਵਿਨਾਸ਼ ਨਹੀਂ। ਓ ਹਰ ਹਰ ਦੇ ਵਿੱਚ ਬੈਠੇ ਬਿਨਾ ਬੁਲਾਏ ਬੋਲਣਗੇ, ਮੋਦੀ ਖਾਨਾ ਰਚਤਾ ਤੇਰਾ ਤੇਰਾ ਡੋਲਣਗੇ। ਓ ਖਾਲੀ ਬੱਲੇ ਰਹਿ ਜਾਣੇ ਜਿਸ ਨੂੰ ਵਿਸ਼ਵਾਸ ਨਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੋਣਾ ਕਦੇ ਵਿਨਾਸ਼ ਨਹੀਂ। ਓ ਉਤਰਨਗੇ ਪਰਵਾਨੇ, ਓ ਉਤਰਨਗੇ ਪਰਵਾਨੇ, ਮੈਂ ਇੱਕ ਸ਼ਮਾ ਜਗਾਤੀ ਆ, ਪਰਮ ਧਾਮ ਦੀ ਚਾਬੀ ਤੁਹਾਡੇ ਹੱਥ ਫੜਾਤੀ ਆ।
बंदा नर कदे गेट कदे पैनी जम भास नहीं श्री गुरु ग्रंथ साहिब दा होना कदे विनाश नहीं ओ जद तक दुनिया जोत जगूगी पहु जगाउनी ना अमर फलां दा चमन कदे भी पद चढ़ आउनी ना ओ जोग पदविया घर बैठे लेना सन्यास नहीं आ लेना सन्यास नहीं श्री गुरु ग्रंथ साहिब दा होना कदे विनाश नहीं ओ दसा गुरां दी शक्ति इन्ना बिच समाई है इन्ना बिच समाई है निराकार ने जैसे अपनी शक्ल बखाई है ओ नापण दे बिच आउंदे नापण दे बिच आउंदे जैसे तरत आकाश नहीं श्री गुरु ग्रंथ साहिब दा होना कदे विनाश नहीं ओ तत्ती तवी लाहौर चौंकड़े लाने पै गए सी चौंक चांदनी दिल्ली शीस कटाने पै गए सी हुण ना डोलू तख्त डोलदा जिवें कलाश नहीं श्री गुरु ग्रंथ साहिब दा होना कदे विनाश नहीं ओ करत धर्म ते बंड छकण ते नाम ते आ बन गे अंत यो चले मुख मर्तबे पूरे पावन गे ओ गुर परमेश्वर इको गुर परमेश्वरा आ गुर परमेश्वर इको जिसनो दूजा पास नहीं श्री गुरु ग्रंथ साहिब दा होना कदे विनाश नहीं ओ इश्के दा मैं खाना अंदर जाम सराही है झूठ बोल मुरदार खान दी सख्त मनाही है ओ कच्चे टोंगी कदे पराड़ा होने पास नहीं ओ होने पास नहीं श्री गुरु ग्रंथ साहिब दा होना कदे विनाश नहीं कलगियां वाले सतगुरु पातशाह ने आवाज़ दिता सब सीखण को हुक्म है गुरु मान्यो ग्रंथ सो आओ प्रेम सहित बोल दा तो होंगे भुला देखे।